ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਿਕੰਦਰ ਸਿੰਘ। ਵੈਲਕਮ ਬੈਕ ਟੂ ਅਨਦਰ ਵੀਡੀਓ। ਹੋਰ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ? ਆਈ ਹੋਪ ਕਿ ਸਾਰੇ ਠੀਕ ਠਾਕ ਹੋਵੋਗੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਹੈਵੀ ਡਿਊਟੀ ਲਾਇਸੈਂਸ ਦੇ ਬਾਰੇ, ਕੀ ਪ੍ਰੋਸੀਜਰ ਆ, ਕੀ ਰਿਕੁਆਇਰਮੈਂਟਸ ਨੇ, ਕਿੱਦਾਂ ਤੁਸੀਂ ਆਪਣਾ ਟਰੱਕ ਦਾ ਲਾਇਸੈਂਸ ਲੈ ਸਕਦੇ ਹੋ, ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਬਟ ਉਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧੀਆ, ਤੁਹਾਡੇ ਸਾਰਿਆਂ ਅੱਗੇ ਰਿਕੁਐਸਟ ਹੈ ਕਿ ਤੁਸੀਂ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਚੈਨਲ ਨੂੰ ਅੱਗੇ ਆਪਣੇ ਯਾਰਾਂ ਮਿੱਤਰਾਂ ਦੇ ਨਾਲ ਸ਼ੇਅਰ ਕਰ ਦਿਓ। ਚਲੋ ਜੀ, ਵੀਡੀਓ ਦੇ ਵਿੱਚ ਅੱਗੇ ਵਧਦੇ ਹਾਂ। ਬਟ ਮੈਂ ਸੋਚਦਾ ਕਿ ਗੱਡੀ ਦੇ ਵਿੱਚ ਜਾ ਕੇ ਵੀਡੀਓ ਬਣਾਵਾਂ, ਬਿਕੋਜ਼ ਇਸ ਟਾਈਮ ਮੈਂ ਕ੍ਰੈਸ਼ਰ 'ਤੇ ਹਾਂ ਅਤੇ ਬਾਹਰ ਥੋੜ੍ਹਾ ਜਿਹਾ ਨੋਇਜ਼ ਜ਼ਿਆਦਾ ਆ, ਅਤੇ ਗੱਡੀ ਦੇ ਵਿੱਚ ਜਾ ਕੇ ਵੀਡੀਓ ਬਣਾਉਂਦੇ ਹਾਂ। ਚਲੋ ਚੱਲਦੇ ਹਾਂ ਗੱਡੀ ਦੇ ਵਿੱਚ। ਹਾਂਜੀ, ਹੁਣ ਆਪਾਂ ਆ ਗਏ ਹਾਂ ਗੱਡੀ ਦੇ ਵਿੱਚ, ਅਤੇ ਮੈਂ ਇਸ ਟਾਈਮ ਕ੍ਰੈਸ਼ਰ 'ਤੇ ਹਾਂ। ਕ੍ਰੈਸ਼ਰ 'ਤੇ ਹਜੇ ਫਿਲਹਾਲ ਮੇਰਾ ਨੰਬਰ ਨਹੀਂ ਆਏਗਾ, ਮੇਰਾ ਨੰਬਰ ਆਏਗਾ ਅਤੇ ਫਿਰ ਗੱਡੀ ਲੋਡ ਹੋਏਗੀ। ਹਜੇ ਫਿਲਹਾਲ ਮੈਂ ਵੇਟ ਕਰਦਾ ਪਿਆ ਆਪਣੇ ਨੰਬਰ ਦੀ, ਅਤੇ ਫ੍ਰੀ ਸੀਗਾ ਅਤੇ ਮੈਂ ਸੋਚਿਆ ਉਨੀ ਦੇਰ ਚਲੋ ਵੀਡੀਓ ਬਣਾ ਲੈਂਦੇ ਹਾਂ। ਅਤੇ ਚਲੋ ਆਪਾਂ ਗੱਲ ਕਰਦੇ ਹਾਂ ਲਾਇਸੈਂਸ ਦੇ ਬਾਰੇ। ਪਹਿਲਾਂ ਗੱਲ ਕਰ ਲੈਂਦੇ ਹਾਂ ਵੀ ਜਿਹੜੇ ਬੰਦੇ ਨਵੇਂ ਆ, ਜਿਹੜੇ ਫਰੈਸ਼ ਨੇ, ਅਤੇ ਉਹਨਾਂ ਦਾ ਕੀ ਪ੍ਰੋਸੀਜਰ ਆ। ਸਭ ਤੋਂ ਪਹਿਲੀ ਗੱਲ ਤਾਂ ਵੀ ਤੁਹਾਡੀ ਏਜ ਜਿਹੜੀ ਆ ਉਹ ਮਿਨੀਮਮ ਏਜ ਰਿਕੁਆਇਰਮੈਂਟ ਆ ਉਹ 21 ਸਾਲ ਦੀ ਆ, 21 ਈਅਰਸ। 21 ਸਾਲ ਤੋਂ ਘੱਟ ਏਜ ਨਹੀਂ ਹੋਣੀ ਚਾਹੀਦੀ, 21 ਸਾਲ ਤੋਂ ਘੱਟ ਬੰਦੇ ਨੂੰ ਵੀਜ਼ਾ ਨਹੀਂ ਮਿਲਦਾ ਹੈਗਾ। ਅਤੇ ਜੋ ਤੁਸੀਂ ਆਉਣਾ ਆ ਇੱਥੇ, ਇਹ ਮੇਕ ਸ਼ੋਰ ਕਰ ਲਓ ਆਪਣੇ ਏਜੰਟ ਦੇ ਨਾਲ ਗੱਲਬਾਤ ਪੂਰੀ ਤਰੀਕੇ ਨਾਲ ਕਰ ਲਓ ਵੀ ਜਿਹੜਾ ਤੁਹਾਡਾ ਵੀਜ਼ਾ ਆ ਉਹ ਟਰੱਕ ਡਰਾਈਵਰ ਦਾ ਹੋਵੇ। ਇਹ ਨਾ ਹੋਵੇ ਤੁਹਾਨੂੰ ਸਿਰਫ ਉਹ ਇਹ ਕਹਿ ਕੇ ਭੇਜ ਦੇਵੇ ਵੀ ਤੁਸੀਂ ਹਾਂ ਉੱਥੇ ਜਾ ਕੇ ਗੱਡੀ ਚਲਾਉਣੀ ਹੈ, ਕਿਉਂਕਿ ਹੁਣ ਜਿੱਦਾਂ ਮੈਂ ਇਸ ਟਾਈਮ ਕ੍ਰੈਸ਼ਰ 'ਤੇ ਹਾਂ, ਗੱਡੀਆਂ ਇੱਥੇ ਵੀ ਮੁੰਡੇ ਚਲਾਉਂਦੇ ਪਏ ਨੇ, ਬਟ ਉਹ ਸਿਰਫ ਅੰਦਰ ਹੀ ਅੰਦਰ ਚਲਾ ਰਹੇ ਨੇ, ਉਹ ਬਾਹਰ ਨਿਕਲਦੇ ਉਹਨਾਂ ਕੋਲ ਲਾਇਸੈਂਸ ਨਹੀਂ ਹੈ, ਕਿਉਂਕਿ ਉਹਨਾਂ ਦਾ ਵੀਜ਼ਾ ਜਿਹੜਾ ਆ ਉਹ ਟਰੱਕ ਡਰਾਈਵਿੰਗ ਦਾ ਨਹੀਂ ਆ ਵੀਜ਼ਾ, ਉਹ ਲੇਬਰ ਦੇ ਵੀਜ਼ੇ ਦੇ ਵਿੱਚ ਹੀ ਆਏ। ਉੱਥੋਂ ਕਹਿ ਕੇ ਭੇਜਦਾ ਵੀ ਹਾਂਜੀ ਤੁਸੀਂ ਜਾ ਕੇ ਟਰੱਕ ਚਲਾਉਣਾ ਹੈ, ਉਹ ਕਹਿੰਦੇ ਠੀਕ ਆ ਜੀ। ਆ ਗਏ ਨੇ ਅਤੇ ਹੁਣ ਇੱਥੇ ਆ ਕੇ ਗੱਡੀ ਚਲਾ ਰਹੇ ਨੇ, ਬਟ ਕ੍ਰੈਸ਼ਰ ਦੇ ਅੰਦਰ ਹੀ ਨੇ, ਉਸ ਚੀਜ਼ ਦਾ ਫਾਇਦਾ ਨਹੀਂ ਹੈਗਾ ਕੋਈ, ਲਾਇਸੈਂਸ ਬਣਨਾ ਨਹੀਂ ਹੈ, ਤੁਹਾਡਾ ਲੇਬਰ ਦਾ ਹੀ ਵੀਜ਼ਾ ਹੋਣਾ ਹੈ। ਇਸ ਕਰਕੇ ਪਹਿਲਾਂ ਮੇਕ ਸ਼ੋਰ ਕਰ ਲਓ ਆਪਣੇ ਏਜੰਟ ਦੇ ਨਾਲ ਗੱਲਬਾਤ ਪੂਰੇ ਤਰੀਕੇ ਨਾਲ ਕਰ ਲਓ ਵੀ ਜਿਹੜਾ ਵੀਜ਼ਾ ਤੁਹਾਡਾ ਉਹ ਟਰੱਕ ਡਰਾਈਵਰ ਦਾ ਹੋਵੇ, ਤਾਂ ਹੀ ਤੁਹਾਡਾ ਆ ਕੇ ਲਾਇਸੈਂਸ ਬਣਨਾ, ਨਹੀਂ ਤਾਂ ਲਾਇਸੈਂਸ ਨਹੀਂ ਬਣਨਾ ਹੈਗਾ। ਅਤੇ ਜਦੋਂ ਤੁਸੀਂ ਇੱਥੇ ਆ ਜਾਂਦੇ ਹਾਂ, ਸਭ ਤੋਂ ਪਹਿਲਾਂ ਕੰਮ ਤਾਂ ਤੁਹਾਡਾ ਆ ਰੈਜ਼ੀਡੈਂਸ ਕਾਰਡ ਬਣਨਾ ਆ, ਜਿਹਨੂੰ ਕਿ ਇੱਥੇ ਪਤਾਕਾ ਕਹਿੰਦੇ ਨੇ। ਉਹ ਤੁਹਾਡੀ ਕੰਪਨੀ ਦੇ ਉੱਤੇ ਡਿਪੈਂਡ ਕਰਦਾ ਆ ਵੀ ਕੰਪਨੀ ਤੁਹਾਡੀ ਕਿੰਨੇ ਟਾਈਮ 'ਚ ਬਣਾਉਂਦੀ ਆ। ਹੋ ਸਕਦਾ ਕੰਪਨੀ ਤੁਹਾਡੇ ਆਉਂਦੇ ਸਾਰ ਹੀ ਦੂਏ ਦਿਨ ਤੁਹਾਡਾ ਪਤਾਕਾ ਬਣਾ ਦੇਵੇ, ਜਾਂ ਹੋ ਸਕਦਾ ਹਫ਼ਤਾ ਲਵੇ, 10 ਦਿਨ ਲਵੇ, ਉਹ ਕੰਪਨੀ ਦੇ ਉੱਤੇ ਡਿਪੈਂਡ ਕਰਦਾ। ਜਦੋਂ ਉਹ ਬਣ ਗਿਆ ਰੈਜ਼ੀਡੈਂਸ ਕਾਰਡ ਤੁਹਾਡਾ ਬਣ ਗਿਆ, ਉਸ ਤੋਂ ਬਾਅਦ ਤੁਹਾਨੂੰ ਬਣਵਾਉਣੇ ਪੈਣਾ ਆਪਣਾ ਇਸਤਮਾਰਾ। ਇਸਤਮਾਰਾ ਤੁਸੀਂ ਜਿੱਦਾਂ ਹੁਣ ਡਰਾਈਵਿੰਗ ਸਕੂਲ ਦੇ ਵਿੱਚ ਜਾਣਾ ਹੈ ਨਾ, ਤਲੀਮ ਲੈਣ ਦੇ ਲਈ, ਆਪਣੀ ਟ੍ਰੇਨਿੰਗ ਲੈਣ ਲਈ ਡਰਾਈਵਿੰਗ ਸਕੂਲ ਦੇ ਵਿੱਚ ਜਾਣਾ ਹੈ, ਉਸ ਤੋਂ ਪਹਿਲਾਂ ਤੁਹਾਨੂੰ ਇਸਤਮਾਰੇ ਦੀ ਲੋੜ ਪੈਂਦੀ ਹੈ। ਉਹ ਬੁੱਕ ਹੁੰਦੀ, ਉਹਦੇ ਵਿੱਚ ਸਾਰੇ ਆਪਣੇ ਟ੍ਰੈਫਿਕ ਰੂਲਸ ਰੈਗੂਲੇਸ਼ਨ ਲਿਖੇ ਹੁੰਦੇ ਨੇ, ਅਤੇ ਜਿਹੜੇ ਤੁਹਾਡੇ ਟੈਸਟ ਵਗੈਰਾ ਹੋਣੇ ਨੇ ਟ੍ਰੇਨਿੰਗ ਤੋਂ ਬਾਅਦ, ਜਦੋਂ ਟੈਸਟ ਹੁੰਦੇ ਨੇ, ਉਹ ਸਾਰਿਆਂ ਦੀ ਐਂਟਰੀ ਜਿਹੜੀ ਉਸ ਬੁੱਕ ਦੇ ਵਿੱਚ ਹੋਣੀ ਹੈ, ਅਤੇ ਉਹ ਬਣ ਜਾਂਦਾ ਆ। ਅਤੇ ਉਹ ਬਣਨ ਤੋਂ ਬਾਅਦ ਹੀ ਤੁਸੀਂ ਆਪਣੇ ਸਕੂਲ ਦੇ ਵਿੱਚ ਐਡਮਿਸ਼ਨ ਲੈ ਸਕਦੇ ਹਾਂ। ਅਤੇ ਸਕੂਲ ਦੀ ਐਡਮਿਸ਼ਨ ਦੀ ਗੱਲ ਕਰ ਲਈ, ਅੱਜ ਕੱਲ੍ਹ ਜਿਹੜੇ ਚੱਲਦੇ ਪਏ ਨੇ ਉਹ 500 ਰਿਆਲ ਤੋਂ ਲੈ ਕੇ 800 ਰਿਆਲ ਤੱਕ ਇੰਨੇ ਪੈਸੇ ਲੱਗ ਜਾਂਦੇ ਨੇ। ਆਪਣੇ ਇੰਡੀਆ ਦਾ ਤੁਸੀਂ ਲਗਾ ਲਓ ਵੀ 1 ਲੱਖ ਤੋਂ ਲੈ ਕੇ 1.5 ਲੱਖ ਰੁਪਏ ਦੇ ਵਿੱਚ ਤੁਹਾਡਾ ਲਾਇਸੈਂਸ ਬਣਦਾ ਆ। ਬਟ ਜਿਹੜਾ ਟੈਸਟ ਹੁੰਦਾ ਆ, ਜਿਸ ਦਿਨ ਤੁਹਾਡਾ ਟੈਸਟ ਹੋਣਾ ਆ, ਉਸ ਦੇ ਵੱਖਰੇ ਪੈਸੇ ਲੈਂਦੇ ਨੇ। ਉਹ 5 ਰਿਆਲ ਹੁੰਦੇ ਸੀਗੇ ਪਹਿਲਾਂ, ਤਾਂ ਹੁਣ ਮੇਰੇ ਹਿਸਾਬ ਨਾਲ 10 ਹੋ ਗਏ ਹੋਣਗੇ, ਇਸ ਤੋਂ ਜ਼ਿਆਦਾ ਤਾਂ ਨਹੀਂ। ਮਤਲਬ ਕਿ ਉਹ ਜਿਹੜਾ ਜਿਹੜੀ ਤੁਹਾਡੀ ਫੀਸ ਹੋਣੀ ਹੈ, ਐਡਮਿਸ਼ਨ ਫੀਸ ਹੋਣੀ, ਜਿਹੜਾ ਉਹਨਾਂ ਨੇ ਲੈਣਾ ਆ, ਉਹ ਵੱਖਰਾ ਆ। ਅਤੇ ਜਿਹੜਾ ਤੁਹਾਡਾ ਟੈਸਟ ਹੁੰਦਾ ਆ, ਜਿਸ ਦਿਨ ਤੁਹਾਡਾ ਮਤਲਬ ਕਿ ਪੁਲਸੀਏ ਨੇ, ਸ਼ੁਰਤੇ ਨੇ ਤੁਹਾਡਾ ਟੈਸਟ ਲੈਣਾ ਆ, ਉਸ ਦਿਨ ਦੇ 5 ਰਿਆਲ ਜਾਂ ਜਿਹੜੇ 10 ਰਿਆਲ ਫੀਸ ਹੁੰਦੀ ਆ, ਉਹ ਵੱਖਰੀ ਤੁਹਾਡੀ ਲੈਣੀ ਆ, ਉਹ ਵੱਖਰੀ ਹੁੰਦੀ ਆ। ਤੁਸੀਂ ਬਸ ਲਗਾ ਲਓ ਮਤਲਬ ਕਿ 700 ਤੋਂ ਲੈ ਕੇ 800 ਦੇ ਵਿੱਚ ਤਾਂ ਤੁਹਾਡਾ ਇਹ ਕੰਮ ਹੋ ਜਾਂਦਾ ਪੂਰਾ। 700 ਤੋਂ ਲੈ ਕੇ 800 ਰਿਆਲ ਤੱਕ ਇੰਡੀਆ ਦਾ 1.5 ਲੱਖ ਰੁਪਈਆ ਬਣਦਾ ਆ, ਇੰਨੇ ਦੇ ਵਿੱਚ ਤੁਹਾਡਾ ਕੰਮ ਇਹ ਹੋ ਜਾਂਦਾ ਆ, ਲਾਇਸੈਂਸ ਬਣ ਜਾਂਦਾ ਆ। ਅਤੇ ਲਾਇਸੈਂਸ, ਹਾਂਜੀ, ਜਿਹੜੇ ਨਵੇਂ ਬੰਦੇ ਆਉਣੇ ਨੇ ਉਹਨਾਂ ਦਾ ਪਹਿਲਾਂ ਲਾਇਸੈਂਸ ਬਣਨਾ ਸਿਰਫ 1 ਸਾਲ ਦੇ ਲਈ ਬਣਨਾ ਆ। ਇਹ ਪਹਿਲਾਂ ਹੁੰਦਾ ਸੀਗਾ ਵੀ 6 ਸਾਲ ਦਾ ਬਣ ਜਾਂਦਾ ਇਹ ਇਕੱਠਾ, ਬਟ 2018 ਦੇ ਵਿੱਚ 2018 ਦੇ ਵਿੱਚ ਇਹ ਰੂਲ ਉਹਨੇ ਨਵਾਂ ਬਣਾਤਾ ਵੀ ਜਿਹੜਾ ਨਵਾਂ ਬੰਦਾ ਲਾਇਸੈਂਸ ਬਣਾਏਗਾ ਉਹਦਾ ਪਹਿਲਾਂ 1 ਸਾਲ ਦਾ ਬਣੇਗਾ, ਅਤੇ ਉਸ ਤੋਂ ਬਾਅਦ ਜਦੋਂ ਰਿਨਿਊ ਹੋਣਾ ਆ ਜਿਹਨਾਂ ਦੇ ਪੁਰਾਣੇ ਲਾਇਸੈਂਸ ਹੈਗੇ ਆ, ਉਹ ਸਿਰਫ 2 ਸਾਲ ਲਈ ਹੋਣਾ ਆ। ਯਾਨੀ ਹੁਣ ਲਾਇਸੈਂਸ ਦੀ ਵੈਲਿਡਿਟੀ ਜਿਹੜੀ ਸਿਰਫ 2 ਸਾਲ ਦੀ ਹੁੰਦੀ ਇੱਥੇ ਦੀ, ਪਹਿਲਾਂ 6 ਸਾਲ ਦੇ ਹੁੰਦੇ ਸੀਗੇ। ਹੁਣ ਮੈਂ ਵੀ 6 ਸਾਲ ਆਪਣਾ ਲਾਇਸੈਂਸ ਰਿਨਿਊ ਕਰਵਾਇਆ ਆ, ਅਤੇ 2 ਸਾਲ ਦੀ ਵੈਲਿਡਿਟੀ ਆ, ਪਹਿਲਾਂ ਉਹਦੀ 6 ਸਾਲ ਦੀ ਸੀਗੀ ਵੈਲਿਡਿਟੀ। ਅਤੇ ਬਸ ਇਹੀ ਆ ਵੀ ਜਿਹੜਾ ਆ ਨਵਾਂ ਬੰਦਾ ਆਉਂਦਾ ਆ ਉਹਦਾ ਸਿਰਫ 1 ਸਾਲ ਦਾ ਵੈਲਿਡਿਟੀ ਦਾ ਉਹ ਲਾਇਸੈਂਸ ਬਣਨਾ ਆ, ਅਤੇ ਉਹ 1 ਸਾਲ ਤੁਹਾਨੂੰ ਗੱਡੀ ਇੱਕਦਮ ਧਿਆਨ ਦੇ ਨਾਲ ਚਲਾਉਣੀ ਪੈਣੀ ਆ, ਕਿਉਂਕਿ ਉਹ 1 ਸਾਲ ਤੁਹਾਡਾ ਇੱਕਦਮ ਕਹਿੰਦੇ ਉਹਨੂੰ ਚੈੱਕ ਹੁੰਦਾ ਆ, ਅਤੇ ਉਸ ਤੋਂ ਬਾਅਦ ਹੀ ਤੁਹਾਡਾ ਲਾਇਸੈਂਸ ਜਿਹੜਾ ਆ ਉਹ ਰਿਨਿਊ ਹੋਣਾ ਆ, ਉਸ ਤੋਂ ਬਾਅਦ ਤੁਹਾਡਾ 2 ਸਾਲ ਦਾ ਲਾਇਸੈਂਸ ਹੋਏਗਾ। ਠੀਕ ਆ ਜੀ, ਅਤੇ ਹੁਣ ਗੱਲ ਕਰ ਲੈਂਦੇ ਹਾਂ ਵੀ ਜਿਹੜੇ ਬੰਦੇ ਗਲਫ ਤੋਂ ਰਿਟਰਨ ਹੈਗੇ ਨੇ, ਉਹਨਾਂ ਦੇ ਕੋਲ ਲਾਇਸੈਂਸ ਹੈਗਾ ਆ ਕਿਸੇ ਵੀ ਗਲਫ ਕੰਟਰੀ ਦਾ,
ਜਾਂ UAE ਦੁਬਈ ਦਾ ਜਾਂ ਸਾਊਦੀ ਅਰਬ ਕੁਵੈਤ ਕਤਰ ਬਹਿਰੀਨ ਕਿਸੇ ਵੀ ਕੰਟਰੀ ਦਾ ਲਾਇਸੈਂਸ ਹੈਗਾ ਉਹਨਾਂ ਦਾ ਲਾਇਸੈਂਸ ਇੱਥੇ ਆ ਕੇ ਆਰਾਮ ਦੇ ਨਾਲ ਚੇਂਜ ਹੋ ਜਾਂਦਾ ਬਟ ਉਹ ਵੀ ਇਹ ਗੱਲ ਧਿਆਨ ਦੇ ਵਿੱਚ ਰੱਖਣਗੇ ਜਦੋਂ ਉਹਨਾਂ ਨੇ ਇੱਥੇ ਆਉਣਾ ਆ ਉਹਨਾਂ ਦਾ ਵੀ ਵੀਜ਼ਾ ਟਰੱਕ ਡਰਾਈਵਰ ਦਾ ਹੀ ਹੋਣਾ ਚਾਹੀਦਾ ਆ ਜੇ ਵੀਜ਼ਾ ਟਰੱਕ ਡਰਾਈਵਰ ਦਾ ਨਹੀਂ ਆ ਤੁਹਾਡਾ ਲਾਇਸੈਂਸ ਚੇਂਜ ਨਹੀਂ ਹੋਣਾ ਆ ਜੇ ਵੀਜ਼ਾ ਤੁਹਾਡਾ ਟਰੱਕ ਡਰਾਈਵਰ ਦਾ ਹੈ ਤਾਂ ਲਾਇਸੈਂਸ ਤੁਹਾਡਾ ਆਰਾਮ ਦੇ ਨਾਲ ਚੇਂਜ ਹੋ ਜਾਂਦਾ ਆ ਤੁਸੀਂ ਪੁਲਿਸ ਸਟੇਸ਼ਨ ਜਾਣਾ ਆ ਸਿਰਫ 10 ਰਿਆਲ ਦੀ ਇੱਕ ਫੀਸ ਆ ਤੁਹਾਡੀ ਹਾਂਜੀ ਉਸ ਤੋਂ ਪਹਿਲਾਂ ਇੱਕ ਆਈ ਟੈਸਟ ਹੋਣਾ ਆ ਆਈ ਟੈਸਟ ਦਾ ਪੇਪਰ ਤੁਸੀਂ ਲੈ ਕੇ ਜਾਣਾ ਨਾਲ ਆਪਣੇ ਅਤੇ ਉਹ 10 ਰਿਆਲ ਦੀ ਫੀਸ ਦੇਣੀ ਆ ਅਤੇ ਲਾਇਸੈਂਸ ਜਿਹੜਾ ਤੁਹਾਡਾ ਉਹ ਚੇਂਜ ਹੋ ਜਾਣਾ ਔਨ ਦਾ ਸਪੋਟ ਅਤੇ ਇੱਕ ਜਿਹੜਾ ਆਪਣਾ ਸਾਊਦੀ ਅਰਬ ਦਾ ਜਿਹੜਾ ਲਾਇਸੈਂਸ ਆ ਉਹਦੀ ਥੋੜ੍ਹੀ ਮੁਸ਼ਕਲ ਆਉਂਦੀ ਆ ਉਹਦੀ ਪਹਿਲਾਂ ਇਹ ਵੈਰੀਫਿਕੇਸ਼ਨ ਕਰਦੇ ਨੇ ਉਸ ਤੋਂ ਬਾਅਦ ਉਹ ਲਾਇਸੈਂਸ ਦਿੰਦੇ ਨੇ ਉਹਦੇ ਨੂੰ ਲੱਗ ਜਾਂਦਾ ਟਾਈਮ ਤਕਰੀਬਨ 1 ਮਹੀਨਾ ਲਾ ਲਓ ਤੁਸੀਂ 1 ਮਹੀਨੇ ਦਾ ਟਾਈਮ ਲੱਗਦਾ ਹੈ ਉਹਦੀ ਵੈਰੀਫਿਕੇਸ਼ਨ ਹੁੰਦੀ ਹੈ ਪਹਿਲਾਂ ਅਤੇ ਉਸ ਤੋਂ ਬਾਅਦ ਤੁਹਾਨੂੰ ਉਹ ਜਿਹੜਾ ਲਾਇਸੈਂਸ ਆ ਸਾਊਦੀ ਅਰਬ ਦਾ ਚੇਂਜ ਹੋ ਕੇ ਮਿਲਦਾ ਆ ਜਿਹੜਾ ਤੁਹਾਡਾ ਪੁਰਾਣਾ ਲਾਇਸੈਂਸ ਹੋਣਾ ਕਿਸੇ ਵੀ ਕੰਟਰੀ ਦਾ ਹੈ ਨਾ ਉਹ ਇਹਨਾਂ ਨੇ ਜਮ੍ਹਾਂ ਕਰ ਲੈਣਾ ਉਹ ਤੁਹਾਨੂੰ ਵਾਪਸ ਨਹੀਂ ਮਿਲਣਾ ਹੈਗਾ ਉਹ ਇਹਨਾਂ ਨੇ ਰੱਖ ਲੈਣਾ ਆ ਅਤੇ ਤੁਹਾਨੂੰ ਓਮਾਨ ਦਾ ਲਾਇਸੈਂਸ ਦੇਣਾ ਹੈ ਜੇ ਤੁਸੀਂ ਉਹ ਦੁਬਾਰਾ ਲਾਇਸੈਂਸ ਆਪਣਾ ਪੁਰਾਣੇ ਵਾਲਾ ਲੈਣਾ ਹੈ ਉਹ ਤੁਹਾਨੂੰ ਇੱਥੋਂ ਨਹੀਂ ਮਿਲਣਾ ਹੈਗਾ ਉਹ ਜਿਸ ਕੰਟਰੀ 'ਚੋਂ ਤੁਸੀਂ ਪਹਿਲਾਂ ਲਿਆ ਸੀ ਜਾਂ ਦੁਬਈ 'ਚੋਂ ਲਿਆ ਸੀ ਜਾਂ ਕਦਰ 'ਚੋਂ ਜਿਹੜਾ ਵੀ ਤੁਹਾਡਾ ਲਾਇਸੈਂਸ ਹੈਗਾ ਉਹ ਤੁਹਾਨੂੰ ਉੱਥੋਂ ਹੀ ਵਾਪਸ ਮਿਲਣਾ ਲਾਇਸੈਂਸ ਇੱਥੋਂ ਨਹੀਂ ਮਿਲਣਾ ਹੈਗਾ ਲਾਇਸੈਂਸ ਉਹ ਵਾਪਸ ਅਤੇ ਫੀਸ ਉਹੀ 10 ਰਿਆਲ ਆ ਤੁਹਾਡੀ ਜਿਹੜੇ ਲਾਇਸੈਂਸ ਲੈਣ ਦੀ ਚੇਂਜ ਕਰਨ ਦੀ ਅਤੇ ਬਾਕੀ ਜਿਹੜੇ ਨਵੇਂ ਬੰਦੇ ਆ ਉਹਨਾਂ ਦਾ ਜਿਹਦਾ ਤੁਹਾਨੂੰ ਦੱਸਦਾ ਆ ਵੀ 500 ਤੋਂ 800 ਰਿਆਲ ਉਹੀ 1-1.5 ਲੱਖ ਰੁਪਈਆ ਬਣਦਾ ਆ ਅਤੇ ਬਸ ਇਹੀ ਸੀਗਾ ਲਾਇਸੈਂਸ ਦੇ ਬਾਰੇ ਅਤੇ ਹੋਰ ਵੀ ਜੇ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੋਵੇ ਲਾਇਸੈਂਸ ਦੇ ਬਾਰੇ ਕੋਈ ਗੱਲ ਮੇਰੇ ਕੋਲ ਮਿਸ ਹੋ ਗਈ ਹੋਵੇ ਜਾਂ ਮੈਂ ਦੱਸਣੀ ਭੁੱਲ ਗਿਆ ਹਾਂ ਉਹ ਤੁਸੀਂ ਮੈਨੂੰ ਕਮੈਂਟਸ ਬਾਕਸ ਦੇ ਵਿੱਚ ਲਿਖ ਕੇ ਦੱਸ ਦਿਓ ਆਪਾਂ ਉਹਦੇ ਉੱਤੇ ਦੁਬਾਰਾ ਵੀਡੀਓ ਬਣਾ ਲਾਂਗੇ ਦੁਬਾਰਾ ਗੱਲਬਾਤ ਕਰ ਲਾਂਗੇ ਉਸ ਚੀਜ਼ ਦੇ ਉੱਤੇ ਅਤੇ ਜੇ ਵੀਡੀਓ ਤੁਹਾਨੂੰ ਸਹੀ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਅਤੇ ਚੈਨਲ ਨੂੰ ਅੱਗੇ ਆਪਣੇ ਯਾਰਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਜੀ ਸਤਿ ਸ਼੍ਰੀ ਅਕਾਲ